ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਪ੍ਰੈਜ਼ੈਂਟ ਕਰੂੰਗੀ 3 ਕਿਊ ਕਾਰਡਸ ਵਿਦ 1 ਆਈਡੀਆ। ਪਲੀਜ਼ ਕੇਅਰਫੁਲੀ ਦੇਖ ਲਿਓ। ਸਭ ਤੋਂ ਪਹਿਲਾਂ ਮੈਂ ਡਿਸਕਸ ਕਰਨ ਜਾ ਰਹੀ ਹਾਂ ਪ੍ਰੋਬਲਮ ਸੋਲਵਡ ਥਰੂ ਦਾ ਇੰਟਰਨੈਟ, ਠੀਕ ਹੈ ਜੀ। ਆਫਨ ਆਈ ਯੂਸ ਇੰਟਰਨੈਟ ਫੋਰ ਵੇਰੀਅਸ ਪਰਪਸਿਸ ਰੇਂਜਿੰਗ ਫਰੋਮ ਕਮਿਊਨੀਕੇਟਿੰਗ ਵਿਦ ਮਾਈ ਫਰੈਂਡਸ, ਵਾਚਿੰਗ ਵੀਡੀਓਜ਼, ਪਲੇਇੰਗ ਗੇਮਸ ਐਂਡ ਵਾਟ ਨਾਟ। ਮੈਂ ਇੰਟਰਨੈਟ ਯੂਸ ਕਰਦੀ ਹਾਂ ਕਾਫੀ ਪਰਪਸਿਸ ਲਈ। ਆ ਸਾਰੇ ਪਰਪਸਿਸ ਦੱਸ ਕੇ, ਪਲੇਇੰਗ ਗੇਮਸ, ਵਾਚਿੰਗ ਵੀਡੀਓਜ਼ ਐਂਡ ਵਾਟ ਨਾਟ, ਮਤਲਬ ਹੋਰ ਕੀ ਕੁਛ ਨਹੀਂ। ਹੇਅਰ ਆਈ ਵੁੱਡ ਡਿਸਕ੍ਰਾਈਬ ਅ ਸਿਚੁਏਸ਼ਨ ਵੈਨ ਆਈ ਟੁੱਕ ਹੈਲਪ ਆਫ ਯੂਟਿਊਬ ਫੋਰ ਸੋਲਵਿੰਗ ਅ ਪ੍ਰੋਬਲਮ। ਆਈ ਰਿਮੈਂਬਰ ਲਾਸਟ ਈਅਰ ਵੀ ਆਲ ਫੈਮਿਲੀ ਮੈਂਬਰਸ ਵਰ ਟਰੈਵਲਿੰਗ ਟੂ ਚੰਡੀਗੜ੍ਹ ਬਾਈ ਕਾਰ ਫੋਰ ਇੰਜੋਇੰਗ ਸਮਰ ਵਕੇਸ਼ਨਸ। ਵੀ ਆਲ ਵਰ ਵੈਰੀ ਐਕਸਾਈਟਿਡ ਐਂਡ ਇੰਜੋਇੰਗ ਅਰ ਜਰਨੀ ਬਾਈ ਗੋਸਪਿੰਗ ਵਿਦ ਈਚ ਅਦਰ ਵਾਈਲ ਹੈਵਿੰਗ ਸਨੈਕਸ ਐਂਡ ਫਿਜ਼ੀ ਡਰਿੰਕਸ। ਅਸੀਂ ਸਾਰੇ ਐਕਸਾਈਟਿਡ ਸੀ ਅਤੇ ਇੰਜੋਏ ਕਰ ਰਹੇ ਸੀ ਜਰਨੀ ਬਾਏ ਗੋਸਪਿੰਗ, ਮਤਲਬ ਗੱਲਾਂ ਬਾਤਾਂ ਕਰਦੇ ਹੋਏ। ਸਡਨਲੀ ਮਾਈ ਫਾਦਰ ਰਿਲਾਈਜ਼ਡ ਸਮਥਿੰਗ ਵੈਂਟ ਰੋਂਗ। ਮੇਰੇ ਫਾਦਰ ਨੇ ਮਹਿਸੂਸ ਕੀਤਾ ਕਿ ਕੁਛ ਖਰਾਬ ਹੈ, ਕਿ ਸਮਥਿੰਗ ਵੈਂਟ ਰੋਂਗ। ਵੀ ਆਲ ਗੋਟ ਆਊਟ ਆਫ ਦ ਕਾਰ ਐਂਡ ਨੋਟਿਸ ਦੈਟ ਦ ਟਾਇਰ ਆਫ ਦ ਕਾਰ ਗੋਟ ਫਲੈਟ। ਅਸੀਂ ਸਾਰੇ ਕਾਰ 'ਚੋਂ ਬਾਹਰ ਆਏ ਅਤੇ ਨੋਟਿਸ ਕੀ ਕੀਤਾ ਕਿ ਜੋ ਕਾਰ ਦਾ ਟਾਇਰ ਸੀ ਉਹ ਪੰਚਰ ਹੋ ਗਿਆ ਸੀ, ਫਲੈਟ ਹੋ ਗਿਆ ਸੀ। ਮਤਲਬ ਵੀ ਵਰ ਬਿਟ ਅਪਸੈਟ, ਅਸੀਂ ਥੋੜ੍ਹੇ ਜਿਹੇ ਅਪਸੈਟ ਸੀਗੇ ਬਿਕੋਜ਼ ਮਾਈ ਫਾਦਰ ਡਿਡ ਨੋਟ ਨੋ ਹਾਊ ਟੂ ਰਿਪਲੇਸ ਦ ਟਾਇਰ। ਅਸੀਂ ਅਪਸੈਟ ਕਿਉਂ ਸੀ? ਕਿਉਂਕਿ ਮੇਰੇ ਫਾਦਰ ਨੂੰ ਇਹ ਨਹੀਂ ਪਤਾ ਸੀ ਕਿ ਜੋ ਟਾਇਰ ਆ ਉਹਨੂੰ ਰਿਪਲੇਸ ਕਿਵੇਂ ਕਰਨਾ। ਆਈ ਗੋਟ ਐਨ ਆਈਡੀਆ ਐਂਡ ਸਰਚਡ ਔਨ ਯੂਟਿਊਬ ਹਾਊ ਟੂ ਫਿਕਸ ਨਿਊ ਟਾਇਰ, ਠੀਕ ਹੈ ਜੀ। ਮੈਂ ਕੀ ਸਰਚ ਕੀਤਾ ਕਿ ਨਵਾਂ ਟਾਇਰ ਕਿਵੇਂ, ਕਿ ਟਾਇਰ ਨੂੰ ਕਿਵੇਂ ਬਦਲਣਾ, ਇਹ ਕਹਿ ਲਓ ਹਾਊ ਟੂ ਫਿਕਸ ਨਿਊ ਟਾਇਰ, ਨਵਾਂ ਟਾਇਰ ਕਿਵੇਂ ਲਾਉਣਾ। ਫੋਰਚੂਨੇਟਲੀ ਆਈ ਫਾਊਂਡ ਸਿੰਪਲ ਐਂਡ ਇਨਫੋਰਮੇਟਿਵ ਵੀਡੀਓ। ਆਈ ਆਸਕਡ ਮਾਈ ਫਾਦਰ ਟੂ ਫੋਲੋ ਦ ਇੰਸਟਰਕਸ਼ਨਸ ਪ੍ਰੋਵਾਈਡਡ ਇਨ ਦੈਟ ਕਲਿੱਪ। ਮੈਂ ਆਪਦੇ ਫਾਦਰ ਨੂੰ ਕਿਹਾ ਵੀ ਉਵੇਂ ਉਵੇਂ ਦੱਸੀਗੀ ਜਿਵੇਂ ਜਿਵੇਂ ਉਹ ਇੰਸਟਰਕਸ਼ਨਸ ਦਿੱਤੀਆਂ ਗਈਆਂ ਸੀ ਉਹ ਕਲਿੱਪ ਦੇ ਵਿੱਚ। ਵਿਦ ਇਨ 10 ਮਿੰਟਸ ਮਾਈ ਫਾਦਰ ਸਕਸੀਡਡ ਇਨ ਰਿਪਲੇਸਿੰਗ ਦ ਓਲਡ ਟਾਇਰ ਐਂਡ ਫਿਕਸ ਦ ਨਿਊ ਵਨ। 10 ਕੁ ਮਿੰਟਾਂ ਦੇ ਵਿੱਚ ਉਹਨਾਂ ਨੇ ਰਿਪਲੇਸ ਕਰਤਾ ਓਲਡ ਟਾਇਰ ਅਤੇ ਨਵਾਂ ਟਾਇਰ ਲਾਤਾ। ਵੀ ਕੰਟੀਨਿਊਡ ਆਰ ਜਰਨੀ। ਆਲਸੋ ਆਈ ਸਬਸਕ੍ਰਾਈਬ ਟੂ ਦੈਟ ਚੈਨਲ ਐਂਡ ਰੀਕਮੈਂਡਡ ਇਟ ਟੂ ਮਾਈ ਫਰੈਂਡਸ। ਮੈਂ ਸਬਸਕ੍ਰਾਈਬ ਵੀ ਕੀਤਾ ਉਹ ਚੈਨਲ ਅਤੇ ਰੀਕਮੈਂਡ ਵੀ ਕੀਤਾ ਆਪਦੇ ਫਰੈਂਡਸ ਨੂੰ। ਇਨ ਦਿਸ ਵੇ ਵੀ ਸੋਲਵ ਦ ਪ੍ਰੋਬਲਮ ਵਿਦ ਦ ਹੈਲਪ ਆਫ ਯੂਟਿਊਬ। ਹੁਣ ਜੇ ਤੁਹਾਨੂੰ ਕਿਊ ਕਾਰਡ ਆ ਜਾਂਦਾ ਵੈਨ ਯੂ ਸਰਚ ਇਨਫੋਰਮੇਸ਼ਨ ਫਰੋਮ ਦ ਇੰਟਰਨੈਟ, ਕਿਉਂਕਿ ਇਹ ਦੁਬਾਰੀ ਕਿਰਨ ਮੱਕੜ ਕਿਊ ਕਾਰਡ ਲਿਸਟ ਦੇ ਵਿੱਚ ਐਡ ਹੋਏ ਨੇ, ਤਾਂ ਸੇਮ ਐਜ਼ ਇਟ ਇਜ਼ ਜੋ ਲਿਖਿਆ ਐਵੇਂ ਹੀ ਆਜੂਗਾ, ਠੀਕ ਹੈ। ਕੋਈ ਤੁਹਾਨੂੰ ਇਹਦੇ ਵਿੱਚ ਅਦਲਾ ਬਦਲੀ ਕਰਨ ਦੀ ਲੋੜ ਨਹੀਂ ਹੈਗੀ। ਬਟ ਜੇ ਤੁਹਾਨੂੰ ਆ ਰਿਹਾ ਵੀਕਲ ਯੂ ਵਰ ਟਰੈਵਲਿੰਗ ਇਨ ਬ੍ਰੋਕ ਡਾਊਨ, ਉਹਦਾ ਬਸ ਫਸਟ ਲਾਈਨ ਅਤੇ ਲਾਸਟ ਲਾਈਨ ਦੇਖ ਲਓ। ਵੀਕਲ ਯੂ ਵਰ ਟਰੈਵਲਿੰਗ ਇਨ ਬ੍ਰੋਕ ਡਾਊਨ, ਉਹਦੇ ਲਈ ਆਪਾਂ ਕਹਿ ਸਕਦੇ ਹਾਂ ਫਸਟ ਲਾਈਨ ਇਹ ਆਜੂ, ਬਾਕੀ ਸਾਰੀ ਸਿਚੁਏਸ਼ਨ ਤਾਂ ਐਜ਼ ਇਟ ਇਜ਼ ਹੀ ਆ। ਵੀ ਕੈਨ ਨੋਟ ਰਿਲਾਈ ਔਨ ਮਸ਼ੀਨਸ ਐਜ਼ ਦੇ ਮੇ ਬ੍ਰੇਕ ਡਾਊਨ ਐਟ ਐਨੀ ਟਾਈਮ। ਆਪਾਂ ਮਸ਼ੀਨਸ 'ਤੇ ਭਰੋਸਾ ਨਹੀਂ ਕਰ ਸਕਦੇ ਕਿਉਂਕਿ ਉਹ ਕਿਸੇ ਵੀ ਟਾਈਮ ਕਦੇ ਵੀ ਖਰਾਬ ਹੋ ਸਕਦੀਆਂ। ਇਟ ਸੋ ਹੈਪਨ ਟੂ ਮੀ, ਇਹ ਮੇਰੇ ਨਾਲ ਵੀ ਹੋਇਆ। ਬਾਕੀ ਸਾਰੀ ਸਿਚੁਏਸ਼ਨ ਇਹੀ ਕਿ ਲਾਸਟ ਈਅਰ ਵੀ ਵਰ ਟਰੈਵਲਿੰਗ ਟੂ ਐਵੇਂ ਚੰਡੀਗੜ੍ਹ ਜੋ ਵੀ ਹੈ। ਅਤੇ ਲਾਸਟ ਲਾਈਨ ਆਜੂਗੀ, ਵੀ ਲਰਨ ਅ ਲੈਸਨ ਦੈਟ ਵੀ ਸ਼ੁੱਡ ਪ੍ਰੋਵਾਈਡ ਪ੍ਰੋਪਰ ਸਰਵਿਸ ਟੂ ਵਹੀਕਲਸ। ਅਸੀਂ ਕੀ ਸਬਕ ਸਿੱਖਿਆ ਕਿ ਸਾਨੂੰ ਪ੍ਰੋਪਰ ਸਰਵਿਸ ਪ੍ਰੋਵਾਈਡ ਕਰਨੀ ਚਾਹੀਦੀ ਆਪਦੇ ਵਹੀਕਲਸ ਨੂੰ, ਠੀਕ ਹੈ ਜੀ। ਹਾਂਜੀ, ਥੈਂਕ ਯੂ। ਪਲੀਜ਼ ਜੇ ਫਿਰ ਵੀ ਕੋਈ ਕੁਐਰੀ ਹੋਈ ਤਾਂ ਤੁਸੀਂ ਦੱਸ ਦਿਓ, ਕਮੈਂਟਸ ਦੇ ਵਿੱਚ ਪੋਸਟ ਕਰ ਦਿਓ। ਬਟ ਪਲੀਜ਼ ਇੱਕ ਰਿਕੁਐਸਟ ਆ ਕਿ ਵੱਧ ਤੋਂ ਵੱਧ ਵੀਡੀਓਜ਼ ਦੇਖ ਲਿਆ ਕਰੋ, ਕਿਉਂਕਿ ਮੈਂ ਵੀ ਇੱਕ ਮੋਟੀਵੇਟਰ ਰਹਿੰਦੀ ਹਾਂ, ਜਾਂ ਮੈਨੂੰ ਵੀ ਹੈ ਨਾ ਇੱਕ ਪੈਸ਼ਨੇਟ ਹੁੰਦਾ ਨਾ ਬੰਦਾ ਕਿ ਹਾਂ ਹੋਰ ਤੋਂ ਹੋਰ ਵੀਡੀਓਜ਼ ਅਪਲੋਡ ਕਰਾਂ, ਜੇ ਤੁਸੀਂ ਦੇਖੋਗੇ ਜਾਂ ਤੁਸੀਂ ਲਾਈਕ ਕਰੋਗੇ ਮੇਰੀਆਂ ਵੀਡੀਓਜ਼ ਨੂੰ। ਠੀਕ ਹੈ ਜੀ, ਥੈਂਕ ਯੂ।